हाँ जी सत श्रीकाल ते नाले जिहड़ी तुहाडी हुण ड्यूटी बनदी है चैनल नूं सबसक्राइब कर दो एदां उंगल मार के नाले बैल आइकोन बनिया हुआ घंटी जिही उहदे ते भी मार दो क्योंकि जदों कोई नवी चीज़ असीं होर पाई तां तुहानूं नाल दी नाल नोटिफिकेशन आ जाऊ सो कर लो सबसक्राइब। ਸੰਗਰੂਰ ਵਿਖੇ ਆਈਏ ਸਟਾਫ ਅਤੇ ਫੂਡ ਸਪਲਾਈ ਵਿਭਾਗ ਨੇ 4 ਘਰਾਂ ਤੋਂ ਨਕਲੀ ਦੁੱਧ ਅਤੇ ਨਕਲੀ ਦੁੱਧ ਬਣਾਉਣ ਵਾਲਾ ਸਮਾਨ ਫੜਨ ਦਾ ਮਾਮਲਾ ਗਰਮਾਉਂਦਾ ਹੀ ਜਾ ਰਿਹਾ ਹੈ ਕਿਉਂਕਿ ਇਸ ਵਿੱਚ ਵੇਰਕਾ ਮਿਲਕ ਪ੍ਰਾਂਤ ਦਾ ਨਾਮ ਆਉਣਾ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਵੇਰਕਾ ਇੱਕ ਅਜਿਹੀ ਕੰਪਨੀ ਹੈ ਜਿਸ ਦੇ ਦੁੱਧ ਅਤੇ ਦੁੱਧ ਤੋਂ ਬਣਨ ਵਾਲਾ ਸਮਾਨ ਪ੍ਰਤੀ ਪੂਰਾ ਹਿੰਦੁਸਤਾਨ ਅੱਖ ਮੀਚ ਕੇ ਭਰੋਸਾ ਕਰਦਾ ਹੈ। ਜੇਕਰ ਵੇਰਕਾ ਕੰਪਨੀ ਹੀ ਅਜਿਹਾ ਘਟਿਆ ਸਮਾਨ ਤਾਂ ਭਰੋਸਾ ਕਿਸੇ ਹੋਰ ਕੰਪਨੀ ਤੇ ਨਹੀਂ ਕੀਤਾ ਜਾਵੇਗਾ ਤੇ ਇਹ ਇੱਕ ਬਹੁਤ ਹੀ ਵੱਡਾ ਸਵਾਲ ਹੈ। ਸੰਗਰੂਰ ਵਿਖੇ ਇਹ ਆਰੋਪ ਕਿਸੇ ਹੋਰ ਨੇ ਨਹੀਂ ਬਲਕਿ ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਨੇ ਪਿੰਡੇ ਵਿੱਚ ਛੋਟੇ ਡੈਰੀ ਫਾਰਮ ਅਤੇ ਪਿੰਡ ਰੂਪਹੇੜੀ ਦੇ 4 ਉਹਨਾਂ ਲੋਕਾਂ ਨੇ ਲਗਾਏ ਨੇ ਜੋ ਵੇਰਕਾ ਨਾਲ ਸੰਬੰਧ ਰੱਖਦੇ ਨੇ। ਅੱਜ ਸੰਗਰੂਰ ਦੇ ਵੇਰਕਾ ਪਲਾਂਟ ਵਿੱਚ ਇਕੱਠੇ ਹੋਏ ਕੁਝ ਡੈਰੀ ਫਾਰਮਰਾਂ ਨੇ ਵੇਰਕਾ ਦੀ ਮੈਨੇਜਮੈਂਟ ਤੇ ਆਰੋਪ ਲਗਾਏ ਨੇ। ਕਿਹਾ ਕਿ ਇੱਕ ਪਾਸੇ ਤਾਂ ਵੇਰਕਾ ਵਾਲੇ ਸਾਡੇ ਘਰ ਦਾ ਸ਼ੁੱਧ ਦੁੱਧ ਨਹੀਂ ਲੈ ਰਹੇ ਜੋ ਕਿ ਮੱਝਾਂ ਗਾਵਾਂ ਦਾ ਹੁੰਦਾ ਹੈ, ਦੂਜੇ ਪਾਸੇ ਪਿੰਡ ਰੂਪਹੇੜੀ ਦੇ ਲੋਕਾਂ ਦੇ ਉਹਨਾਂ ਦਾ ਘਰ ਦਾ ਦੁੱਧ ਲੈ ਰਹੇ ਨੇ ਜਿਨ੍ਹਾਂ ਪਾਸੋਂ ਵੱਡੀ ਪੱਧਰ ਤੇ ਨਕਲੀ ਦੁੱਧ ਬਣਾਉਣ ਵਾਲਾ ਸਮਾਨ ਫੜਿਆ ਗਿਆ। ਉਕਤੋਂ ਲੋਕਾਂ ਨੇ ਇਸ ਵਿੱਚ ਫੂਡ ਸਪਲਾਈ ਵਿਭਾਗ ਤੇ ਸਿਹਤ ਵਿਭਾਗ ਅਤੇ ਵੇਰਕਾ ਦੀ ਮਿਲੀ ਭੁਗਤ ਸਦਕਾ ਲੋਕਾਂ ਦੀ ਸਿਹਤ ਨਾਲ ਦਿਨੋ ਦਿਨੀ ਖਿਲਵਾੜ ਕੀਤਾ ਜਾ ਰਿਹਾ ਹੈ। ਉਧਰ ਦੂਜੇ ਪਾਸੇ ਵੇਰਕਾ ਮਿਲਕ ਪਲਾਂਟ ਸੰਗਰੂਰ ਦੇ ਰਾਕੇਸ਼ ਗੁਪਤਾ ਨੇ ਸਾਰੇ ਆਰੋਪਾਂ ਨੂੰ ਨਕਾਰਦੇ ਕਿਹਾ ਕਿ ਸਾਡੀ ਕੰਪਨੀ ਵੱਲੋਂ ਘਟੀਆ ਕਿਸਮ ਦਾ ਦੁੱਧ ਕਿਸੇ ਹਾਲਤ ਵਿੱਚ ਨਹੀਂ ਵਰਤਿਆ ਜਾਂਦਾ। ਉਹਨਾਂ ਨੇ ਮੰਨਿਆ ਕਿ ਰੂਪਹੇੜੀ ਵਾਲੇ ਸਾਡੇ ਦੁੱਧ ਨੂੰ ਸਪਲਾਈ ਨਹੀਂ ਕਰਦੇ ਬਲਕਿ ਉਹਨਾਂ ਦੀਆਂ ਗੱਡੀਆਂ ਸਾਡੇ ਕੋਲ ਠੇਕੇਦਾਰ ਦੇ ਤੌਰ ਤੇ ਲੱਗੀਆਂ ਹੋਈਆਂ ਸਨ ਜੋ ਕਿ ਇਸ ਘਟਨਾ ਤੋਂ ਬਾਅਦ ਉਹਨਾਂ ਨੂੰ ਹਟਾ ਦਿੱਤਾ ਗਿਆ। ਨਕਲੀ ਦੁੱਧ ਬਣਾਉਣ ਵਾਲਿਆਂ ਨੂੰ ਜੇਲ੍ਹ ਦਾ ਰਸਤਾ ਜ਼ਰੂਰ ਦਿਖਾ ਦਿੱਤਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਖਬਰ ਤੋਂ ਬਾਅਦ ਵੇਰਕਾ ਮਿਲਕ ਪਲਾਂਟ ਸੰਗਰੂਰ ਉੱਤੇ ਸਿਹਤ ਮੰਤਰੀ ਜਾਂ ਫੂਡ ਸਪਲਾਈ ਮੰਤਰੀ ਕੀ ਕਾਰਵਾਈ ਕਰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਦੇਖੋ ਜੀ, ਕਿਸਾਨਾਂ ਨਾਲ ਸਰਾਸਰ ਧੱਕਾ ਹੋ ਰਿਹਾ ਹੈ, ਕੋਈ ਸੁਣਵਾਈ ਨਹੀਂ, ਨਾ ਪੰਜਾਬ ਗੌਰਮੈਂਟ ਕੋਈ ਇਹ 'ਤੇ ਸੁਣਵਾਈ ਕਰਦੀ ਹੈ। ਕਿਸਾਨਾਂ ਦਾ ਦੁੱਧ ਨਹੀਂ ਚੱਕਿਆ ਜਾ ਰਿਹਾ, ਜਿਹੜੀਆਂ ਇਹਨਾਂ ਦੀਆਂ ਗੱਡੀਆਂ ਲਾਈਆਂ ਹੋਈਆਂ ਨੇ ਇਹਨਾਂ ਦੀ ਮਿਲੀ ਭੁਗਤ ਹੈ ਇਹਨਾਂ ਨਾਲ। ਇਹ ਦੁੱਧ ਤੇ ਰਿਫਾਇੰਡ ਪਾ ਤਾ, ਇਹ ਕਹਿੰਦੇ ਨੇ ਆਰਮ ਪੂਰੀ ਹੋ ਗਈ। ਕਿਸਾਨ ਦਾ ਦੁੱਧ ਚੱਕਣ ਵੇਲੇ ਕਹਿੰਦੇ ਨੇ ਆਰਮ ਨਹੀਂ ਪੂਰੀ ਹੁੰਦੀ। ਇਹ GM ਸਾਹਿਬ ਦੱਸਣ ਸਾਨੂੰ ਸੰਗਰੂਰ ਦੇ ਵੀ ਇਹ ਕੀ ਘਪਲਾ ਹੈ। ਇਹਨਾਂ ਦੇ ਮੁਲਾਜ਼ਮ ਮਿਲੇ ਹੋਏ ਨੇ ਅੰਦਰੋਂ, ਗੱਡੀਆਂ ਸ਼ਰਿਆਂ ਅੰਦਰ ਖਾਲੀ ਹੁੰਦੀਆਂ ਨੇ, ਇਹਨਾਂ ਦੀ ਮਿਲੀ ਭੁਗਤ ਹੈ। ਪੰਜਾਬ ਗੌਰਮੈਂਟ ਵੀ ਇੱਥੋਂ ਇੱਦੂ ਪਹਿਲਾਂ ਇਹ ਪਲਾਂਟ ਦੇ 3 ਤੋਂ 4 ਵਾਰੀ ਘਾਪਲੇ ਬਾਹਰ ਆ ਗਏ ਨੇ, ਅਜੇ ਤੱਕ ਕਿਸੇ ਦੀ ਕੋਈ ਕਾਰਵਾਈ ਨਹੀਂ ਹੋਈ, ਕੋਈ ਇੱਥੇ ਬੰਦਾ ਡਿਸਮਿਸ ਨਹੀਂ ਹੋਇਆ। ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਾਡਾ ਇਹ ਸਾਨੂੰ ਕਿਸਾਨਾਂ ਨੂੰ ਇਨਸਾਫ ਦਿਵਾਇਆ ਜਾਵੇ। ਕਿਸਾਨਾਂ ਦਾ ਪਲਾਂਟ ਹੈ, ਲੇਕਿਨ ਕਿਸਾਨਾਂ ਦਾ ਪਲਾਂਟ ਨਾ ਹੋਣ ਦੇ ਬਾਵਜੂਦ ਇਹਦੇ ਜੋ ਚੇਅਰਮੈਨ ਬਣ ਜਾਂਦੇ ਨੇ ਉਹ ਜੋ ਜ਼ਬਰਦਸਤੀ ਗੱਡੀਆਂ ਲਵਾਉਂਦੇ ਨੇ, ਉਹ ਗੱਡੀਆਂ ਵਾਲੇ ਘਾਪਲਾ ਕਰਦੇ ਨੇ। ਸਾਰੀ ਮਿਲੀ ਭੁਗਤ ਹੈ ਇਹਨਾਂ ਦੀ, ਵਿੱਚ ਹੀ ਚੇਅਰਮੈਨ ਦੀ ਮਿਲੀ ਭੁਗਤ ਹੈ। ਇੱਥੇ 22 ਚੇਅਰਮੈਨ ਦਾ ਨਾਂ ਆ ਰਿਹਾ, ਅਸੀਂ ਇਹਦੀ ਖੋਜ 'ਤੇ ਲੱਗੇ ਹੋਏ ਹਾਂ। ਅਸੀਂ 1-2 ਦਿਨਾਂ ਵਿੱਚ ਹੀ ਸਾਡੀ PDFA ਜਥੇਬੰਦੀ ਵੱਲੋਂ ਪਲਾਂਟ ਦਾ ਘਿਰਾਓ ਕਰਾਂਗੇ। ਜਿੰਨਾ ਚਿਰ ਕੋਈ ਇਹਦਾ ਇਨਸਾਫ਼ ਨਹੀਂ ਸਾਨੂੰ ਮਿਲਦਾ, ਅਸੀਂ ਪਲਾਂਟ ਦੇ ਵਿੱਚ ਇੱਕ ਵੀ ਬੰਦਾ ਇੰਟਰ ਨਹੀਂ ਹੋਣ ਦੇਣਾ, ਨਾ ਗੱਡੀ ਇੰਟਰ ਹੋਣ ਦੇਣੀ। ਛੋਟੇ ਫਾਰਮਰ ਜਾਂ ਵੱਡੇ ਫਾਰਮਰ ਜੋ ਵੀ ਦੁੱਧ ਪੈਦਾ ਕਰਦੇ ਨੇ ਉਹਨਾਂ ਦਾ ਦੁੱਧ ਚੱਕਣ ਤੋਂ ਵੇਰਕਾ ਸਾਨੂੰ ਇਨਕਾਰੀ ਕਰਦੀ ਹੈ ਅਤੇ ਸਾਨੂੰ ਕਹਿੰਦੀ ਹੈ ਵੀ ਤੁਹਾਡੀ RM ਪੂਰੀ ਨਹੀਂ, ਜਦੋਂ ਕਿ ਡੁਪਲੀਕੇਟ RM ਵਾਲਾ ਦੁੱਧ ਇਹ ਲੈ ਕੇ ਮਤਲਬ ਆਪਣਾ ਜੋ ਰਿਫਾਇੰਡ ਵਗੈਰਾ ਪਾ ਕੇ ਉਹਦੀ RM ਕਿੱਥੋਂ ਪੂਰੀ ਕਰਦੇ ਨੇ, ਕਿਉਂਕਿ ਉਹ ਸਿੰਥੈਟਿਕ RM ਆਉਂਦੀ ਹੈ, ਉਹ ਲੈ ਕੇ ਡੈਰੀਆਂ ਤੋਂ ਦੁੱਧ ਲੈਂਦੇ ਨੇ ਜੋ ਲੋਕ ਦੁੱਧ ਦਾ ਬਿਜ਼ਨਸ ਕਰਦੇ ਨੇ ਕਿ ਮਤਲਬ ਫਾਰਮਰ ਨਾਲ ਰਿਲੇਟਡ ਨਹੀਂ ਹੈਗੇ ਅਤੇ ਉਹ ਆਪਣਾ ਦੁੱਧਾ ਕਿੱਤਾ ਕਰਕੇ ਉਹਦੇ ਵਿੱਚ ਆਪਣਾ ਮਿਲਾਵਟ ਕਰਕੇ ਵੇਰਕਾ ਨੂੰ ਦੁੱਧ ਵੇਚ ਰਹੇ ਨੇ। ਸਾਰੇ ਅੰਤਰ ਲੈਣਾ ਦੁੱਧ ਵੇਚ ਰਿਹਾ ਜੀ, ਅਤੇ ਜਦੋਂ ਕਿ ਫਾਰਮਰ ਇਸ ਟਾਈਮ ਮਰ ਰਿਹਾ। ਅਤੇ ਜਿਹੜਾ ਇਹ ਕਹਿੰਦੇ ਨੇ ਅਸੀਂ ਨੇ ਵੀ ਉਹ ਰੂਪਾਹੇੜੀ ਵਾਲੇ ਸੈਂਟਰ ਨੇ ਬੰਦ ਕਰਤੇ, ਇਹੀ ਸਜ਼ਾ ਦਿੱਤੀ ਹੈਗੀ ਉਹਨਾਂ ਨੇ? ਬਿਲਕੁਲ ਜੀ, ਇਹਨਾਂ ਬੰਦਿਆਂ ਨੂੰ ਬਹੁਤ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਇਹਨਾਂ, ਕਿਉਂਕਿ ਹੁਣ ਦੇਖਾਂਗੇ ਅਸੀਂ ਅੱਜ ਫੜੇ ਗਏ ਨੇ ਤਾਂ ਥੋੜ੍ਹੇ ਸਮੇਂ ਦੇ ਵਿੱਚ ਇਹ ਬੰਦੇ ਬਾਹਰ ਹੋਣਗੇ।
इन्हों से कोई महकमा सख्त कार्रवाई नहीं करता। जो डी एच ओ आ जा मतलब हेल्थ डिपार्टमेंट है, जो इन्हों की ड्यूटी बनती है वह सारे मंथलियाँ लेंदे ने, बैठे उन्होंने मंथलियाँ पहुँचदियाँ ने। जो डेयरी करता है वह महीने बार वो मंथली उन्होंने को पहुँचती है, बिच उन्होंने विचोले रखे रखे हुए हैं, वो सारे बंदे उन्होंने को बंदे वो कोई कार्रवाई नहीं करता, सब सारे आम चलता है। असं किसी जथेबंदी असं पी डी एफ ए वालों मतलब प्रोग्रेसिव डेयरी फार्मर एसोसीएशन साड़ी एक जथेबंदी है, वो वालों असं मतलब अच्छ जी एम साहब तो इतों जवाब लैन आए हैं भी मतलब किस तरह का थोड़ा सारे रिपोर्ट मैंने दिखाया है। साड़ा एक बहुत अच्छा सिस्टम है और साड़ा जो प्लांट ISO सर्टिफाइड यूनिट है, फूड सेफ्टी एक्ट के आधार से भी असी लाइसेंस लेता हुआ और पूरी प्रोसीजर सिस्टम के नाल ही असी दूध अंदर अनलोडिंग कराते हैं और जो भी टैंकर इत्थे आता है वो पूरी फूड सेफ्टी एक्ट दे जो भी पैरामीटर्स है सारे टेस्ट करके असी लेते हैं, कोई भी खराब दूध असी नहीं लेते हैं। ते जेड़े वो चार सप्लायर ने उन्हां दा थोड़े नाल की लिंक है? देखो वो सारे सप्लायर जो वो असी उन्हों टेंडर कराया सी कि साडा जो दूध है वो सोसाइटी ते प्लांट दे कोल लेके आए और वो सोसाइटी ते भी दूध चेक होता है, साडे इत्थे भी चेक होता है, जिथे भी कोई माड़ा दूध रहता है असी उन्हों ड्रेन रिजेक्ट करके उन्हों पासे कर देते हैं और कोई माड़ा दूध प्लांट दे विच नहीं आता है। इत्थे अपने संगरूर दे विच जां अपने पंजाब च होर भी बहुत प्लांट ने, उन्हां ने वेरका दे ही क्यों नाम लिया? नहीं ये तो मैं नहीं पता, लेकिन जो सिस्टम दे विच जो साडा दूध आ रहा है वो चंगी क्वालिटी दा ही आ रहा है। ਕਿਉਂਕਿ ਇਹਦੇ ਵਿੱਚ ਸਿਹਤ ਵਿਭਾਗ ਨੇ ਵੀ ਇੱਕ ਇਲਜ਼ਾਮ ਲਗਾਇਆ ਤੁਹਾਡੇ ਤੇ ਵੀ ਜਿਹੜਾ ਵੇਰਕਾ ਦਾ ਹੈਗਾ ਵੀ ਇਹ ਸਪਲਾਇਰ ਨੇ ਜਿਹੜੇ ਦੋ ਸਾਲਾਂ ਤੋਂ ਜਿਹੜਾ ਇਹ ਕੰਮ ਕਰਦੇ ਆ ਰਹੇ ਨੇ, ਤੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਨਹੀਂ ਮੇਰੇ ਨਹੀਂ ਲੱਗਦਾ ਕਿ ਐਸੇ ਕੋਈ ਗਲਤ ਸਿਸਟਮ ਦਾ ਦੋ ਗਲਤ ਕੁਆਲਿਟੀ ਦਾ ਦੁੱਧ ਅਸੀਂ ਲੈ ਰਹੇ, ਦੁੱਧ ਇੱਕਦਮ ਸਹੀ ਸਿਸਟਮ ਦੇ ਅਸੀਂ ਕਲੈਕਟ ਕਰ ਰਹੇ, ਕੁਆਲਿਟੀ ਚੈੱਕ ਡੇਲੀ ਹੋ ਰਿਹਾ ਹੈ ਔਰ ਈਵਨ ਜੋ ਫਿਨਿਸ਼ ਪ੍ਰੋਡਕਟ ਅਸੀਂ ਜੋ ਮਾਰਕੀਟ 'ਤੇ ਡਾਲ ਰਹੇ ਉਹ ਵੀ ਕੁਆਲਿਟੀ ਪ੍ਰੋਪਰ ਵੇ ਮੇ ਕੁਆਲਿਟੀ ਚੈੱਕ ਹੋ ਕੇ ਜਾ ਰਿਹਾ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਸੱਚ ਅਤੇ ਹੱਕ ਦੀ ਆਵਾਜ਼।